ਕਿੰਨਾ ਟਾਈਮ ਹੋ ਗਿਆ ਡੈਡੀ ਨੂੰ ਗਈ ਨੂੰ, ਹਜੇ ਤੱਕ ਨਹੀਂ ਆਇਆ। ਵੀ ਇੰਨਾ ਟਾਈਮ ਵੀ ਕੋਈ ਲਾਉਂਦਾ ਹੁੰਦਾ? ਆਉਂਦਾ ਬਾਪ, ਭਾਬੀ ਬਾਪੂ ਆ ਗਿਆ। ਕੀ ਹੋ ਗਿਆ? ਮੈਂ ਤਾਂ ਖੁਸ਼ੀ ਨਹੀਂ ਸਮਾਉਂਦੀ ਜਾਂਦੀ ਅੱਜ। ਕੀ ਗੱਲ ਹੋਈ ਹੋਊਗੀ? ਚੱਲ ਚੁੱਪ ਕਰ ਜਾ। ਕੀ ਹੋ ਗਿਆ? ਅੱਜ ਦੰਦ ਕੱਢੀ ਜਾਂਦੇ? ਕੁਛ ਨਹੀਂ ਡੈਡੀ। ਪਾਣੀ ਗਲਾਸ ਲੈ ਕੇ ਦੇ। ਲਿਆ ਦੇ ਲੈ। ਹਾਂ ਬਣਿਆ ਫਿਰ ਗਏ ਸੀ ਉਧਰ? ਲੈ ਅਖੇ ਕੀ ਬਣਿਆ ਫਿਰ? ਬਣਨਾ ਸੀ ਜਿਹੜਾ ਕੁਝ ਬਣ ਗਿਆ। ਅੱਛਾ, ਤੂੰ ਮਠਾਈਆਂ ਵੰਡਣ ਦੀ ਤਿਆਰੀ ਕਰ। ਹੁਣ ਆਪਾਂ ਕੁੜੀ ਦਾ ਰਿਸ਼ਤਾ ਛੇਤੀ ਕਰ ਦਾਂਗੇ। ਮੈਨੂੰ ਘਰ ਪਸੰਦ ਆ। ਮੇਰੀ ਗੱਲ ਸੁਣ, ਨਾ ਤਾਂ ਮੁੰਡੇ 'ਚ ਕੋਈ ਬੈਲ ਆਇਆ ਵਾ, ਸੋਹਣਾ ਸੁਨੱਖਾ ਦੇਖਣ 'ਚ, ਵਧੀਆ ਘਰ ਪਾਇਆ ਹੋਇਆ, ਠੀਕ ਹੈ, ਤੇ ਸੁੱਖ ਨਾਲ ਮਾਂ ਪਿਓ ਵਧੀਆ, ਸਾਰੀ ਬਹੁਤ ਵਧੀਆ ਪਰਿਵਾਰ ਹੈ, ਟੱਬਰ ਬਹੁਤ ਵਧੀਆ। ਤੇ ਜ਼ਮੀਨ ਕਿੰਨੀ ਆਉਂਦੀ ਆ? ਮੇਰੀ ਗੱਲ ਸੁਣ, ਜਵਾਕਾਂ ਨੇ ਤਾਂ ਆਪਦਾ ਕਰਕੇ ਖਾਣਾ ਹੁੰਦਾ, ਇਹ ਤਾਂ ਆਪਣੇ ਵੇਲੇ ਹੁੰਦਾ ਸੀਗਾ ਵੀ ਜ਼ਮੀਨਾਂ ਨੂੰ ਰਿਸ਼ਤੇ ਕਰਦੇ ਸੀ। ਅੱਜ ਕੱਲ ਤਾਂ ਸਮਾਜ ਪੜ੍ਹਿਆ ਲਿਖਿਆ ਬੱਚਾ ਭਾਜਦੇ ਆ, ਹੈਨਾ ਬਾਈ? ਹਾਂਜੀ, ਬਹੁਤ ਵਧੀਆ ਕੀਤਾ ਬਾਪੂ ਜੀ। ਹਾਂ, ਜ਼ਮੀਨ ਵੀ ਬੰਦਾ ਕਿਸੇ ਗੱਲ ਵਾਸਤੇ ਦੇਖਦਾ ਹੀ ਹੁੰਦਾ। ਉਹ ਦੇਖਿਆ, ਦੱਸਿਆ ਉਹਨਾਂ ਨੇ ਜ਼ਮੀਨ ਦਾ ਵੀ ਆਪਾਂ ਦੇਖ ਆਵਾਂਗੇ ਜਾ ਕੇ, ਠੀਕ ਹੈ ਨਾ? ਸਾਰੀ ਗੱਲਬਾਤ ਮੇਰੀ ਹੋਈ ਆ, ਉਹਨਾਂ ਨੇ ਮੁੰਡੇ ਨੂੰ ਪੌਣੇ ਤਿੰਨ ਕਿੱਲੇ ਆਉਂਦੀ ਆ। ਪੌਣੇ ਤਿੰਨ ਕਿੱਲੇ? ਬਸ ਮੈਂ ਨਹੀਂ ਕਰਦੀ ਇਸ ਘਰੇ ਆਪਦੀ ਧੀ ਦਾ ਰਿਸ਼ਤਾ, ਮੈਂ ਟੋਪਣੀ ਥੋੜੀ ਆ। ਮੰਮੀ ਜੀ, ਪੌਣੇ ਤਿੰਨ ਕਿੱਲੇ ਬਹੁਤ ਹੁੰਦੇ ਨੇ, ਹੁਣ ਮੈਂ ਵੀ ਤਾਂ ਕਰਵਾ ਹੀ ਲਿਆ। ਉਹ ਕੱਲੇ ਕੱਲੇ, ਮੇਰੀ ਗੱਲ ਨੂੰ, ਕੱਲਾ ਕੱਲਾ ਮੁੰਡਾ ਪੁੱਤ, ਪੜਿਆ ਲਿਖਿਆ ਹੈ। ਨਹੀਂ ਨਹੀਂ ਬਾਪੂ ਜੀ, ਐਵੇਂ ਕੱਲ ਨੂੰ ਕੋਈ ਨੌਕਰੀ ਮਿਲ ਗਈ ਤਾਂ ਕਿਤੇ ਅੜਕ ਜੂਗਾ। ਮੇਰੀ ਗੱਲ ਸੁਣ ਲੈ, ਤੂੰ ਚੁੱਪ ਕਰ ਜਾ। ਮੈਂ ਆਪਦੀ ਧੀ ਨੂੰ ਚੰਗਾ ਥਾਂ ਦੇਖ ਕੇ ਵਿਆਹੂੰਗੀ। ਪੌਣੇ ਤਿੰਨ ਕਿੱਲੇ ਕਿੰਨੇ ਕੁ ਹੁੰਦੇ ਨੇ? ਘੱਟੋ ਘੱਟ 10-15 ਕਿੱਲੇ ਤਾਂ ਹੋਣ ਮੁੰਡੇ ਕੋਲ। ਮੇਰੀ ਗੱਲ ਸੁਣ, 10-15 ਕਿੱਲਿਆਂ ਦਾ ਭਾਲੇਗੀ ਨਾ, ਅਗਲਾ ਬੂਥ ਵੀ ਲਵਾ ਦੂਗਾ। ਕੋਈ ਗੱਲ ਨਹੀਂ, ਆਪੀ ਦੇਵਾਂਗੇ ਸਾਰਾ ਸਮਾਨ। ਮੰਮੀ, ਜ਼ਮੀਨ ਨਾਲ ਥੋੜੀ ਵਿਆਹ ਕਰਨਾ ਕੁੜੀ ਦਾ, ਮੁੰਡਾ ਚੰਗਾ ਹੋਵੇ, ਨਸ਼ਾ ਪੱਤਾ ਨਾ ਕਰਦਾ ਹੋਵੇ, ਇਹੀ ਬਹੁਤ ਹੁੰਦਾ ਹੈਗਾ। ਕੁਛ ਨਹੀਂ ਕਰਦਾ ਪੁੱਤ ਉਹ ਨਸ਼ਾ ਪੱਤਾ, ਠੀਕ ਹੈ ਨਾ, ਵਧੀਆ ਸੋਹਣਾ ਸੁਨੱਖਾ ਬਣਦਾ ਸੁਣ ਦਾ ਮੁੰਡਾ, ਫਿਰ ਗੱਲਬਾਤ ਕਰਨ ਦੀ ਬਹੁਤ ਲਿਆਕਤ ਆ ਉਹਨੂੰ। ਹੋਰ ਆਪਾਂ ਨੂੰ ਦੱਸ ਉੱਥੇ ਕੀ ਚਾਹੀਦਾ? 3 ਕਿੱਲੇ ਜ਼ਮੀਨ ਤਾਂ ਭਾਵੇਂ 10 ਕਿੱਲੇ ਹੋਵੇ, ਜਦੋਂ ਪਈ ਹੈ ਜ਼ਮੀਨ ਤਾਂ ਜ਼ੀਰੋ ਹੀ ਆ ਉਹਦੀ ਕੀਮਤ, ਠੀਕ ਹੈ। ਕਰਨਾ ਕਮਾਉਣਾ ਤਾਂ ਫੇਰ ਹੀ ਖਾਣਾ, ਜੇ ਮੁੰਡਾ ਕਰਨ ਵਾਲਾ ਉਹਦਾ 10 ਕਿੱਲੇ ਤੇ ਵੀ ਨਹੀਂ ਕੁਛ ਕਰਨਾ, ਜੇ ਤਾਂ ਨਾ ਕਰਨ ਵਾਲਾ ਹੋਇਆ, ਜੇ ਕਰਨ ਵਾਲਾ ਹੋਇਆ ਮੁੰਡੇ ਨੇ ਭਾਈ 3 ਕਿੱਲਿਆਂ ਤੇ ਵੀ ਗੁਜ਼ਾਰਾ ਕਰੀ ਜਾਣ, ਨਾਲੇ ਫਿਰ ਕੋਈ ਕੰਮ ਕਰ ਲੱਭ ਲੂ। ਨਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਆਪਦੀ ਚਲਾਉਣੀ ਆ ਤੇ ਮੇਰੀ ਵੀ ਮੰਨਣੀ ਆ। ਮੰਮੀ, ਜਦੋਂ ਡੈਡੀ ਨੂੰ ਥਾਂ ਪਸੰਦ ਆ ਗਿਆ, ਤੁਸੀਂ ਵੀ ਦੇਖ ਆਇਓ ਇੱਕ ਵਾਰੀ, ਕੀ ਪਤਾ ਤੁਹਾਨੂੰ ਵੀ ਪਸੰਦ ਆ ਜਾਏ। ਮੇਰੀ ਨਾ ਇੱਕ ਗੱਲ ਧਿਆਨ ਨਾਲ ਸੁਣ ਲੈ, ਜਿੱਥੇ ਮੈਂ ਤੇਰਾ ਰਿਸ਼ਤਾ ਕਰੂੰਗੀ ਉੱਥੇ ਰਿਸ਼ਤਾ ਹੋਊਗਾ। ਤੂੰ ਇੱਕ ਵਾਰੀ ਕਿਹਾ ਸੀ ਵੀ ਮੁੰਡਾ ਦੇਖ ਆਓ ਜਾ ਕੇ, ਉਹ ਮੈਂ ਭੇਜਤਾ ਸੀ ਦੇਖਣ, ਪਰ ਮੈਨੂੰ ਇਹ ਨਾ ਕਹੀ ਵੀ ਹੁਣ ਇਸੇ ਥਾਂ ਤੇ ਰਿਸ਼ਤਾ ਕਰ ਦੇ। ਜ਼ਮੀਨ ਕਿੰਨੀ ਕਾ ਉਹਦੇ ਕੋਲੇ? ਮੇਰੀ ਗੱਲ 3 ਕਿੱਲੇ? ਮੇਰੀ ਗੱਲ ਤਾਂ ਸੁਣ, ਬਾਲਾ ਬੋਲ ਨਾ, ਮੇਰੀ ਗੱਲ ਸੁਣ ਲੈ ਇੱਕ ਵਾਰ। ਮੈਂ ਹੁਣ 4 ਬੰਦੇ ਨਾਲ ਲੈ ਕੇ ਗਿਆ ਸੀ, ਉਹਨਾਂ ਨੂੰ ਕੀ ਜਵਾਬ ਦੇਊਂਗਾ? ਮੈਨੂੰ ਨਹੀਂ ਪਤਾ ਸਰਦਾਰ ਸਾਹਿਬ ਵੀ ਤੂੰ ਕੀ ਜਵਾਬ ਦੇਣਾ ਉਹਨਾਂ ਨੂੰ ਤੇ ਕੀ ਨਹੀਂ ਦੇਣਾ। ਇਸ ਘਰ 'ਚ ਮੇਰੀ ਚੱਲਦੀ ਹੈ ਤੇ ਹੁਣ ਵੀ ਮੇਰੀ ਚੱਲੂਗੀ। ਮੰਮੀ, ਤੂੰ ਮੇਰੀ ਖੁਸ਼ੀ ਦੇਖ ਨਾ, ਜੇ ਮੈਂ ਖੁਸ਼ ਹੀ ਨਹੀਂ ਹੈਗੀ ਕਿਤੇ ਹੋਰ। ਅੱਛਾ ਚੱਲ ਠੀਕ ਆ ਫਿਰ, ਜੇ ਤੂੰ ਕਿਤੇ ਹੋਰ ਖੁਸ਼ ਨਹੀਂ, ਕਰ ਦੇ ਇਹਦਾ ਵਿਆਹ। ਮੈਨੂੰ ਜ਼ਹਿਰ ਲਿਆ ਦਿਓ। ਪਰ ਜ਼ਹਿਰ ਤਾਂ ਮੈਨੂੰ ਲਿਆ ਦੇ, ਜਿਹੜਾ ਤੂੰ ਹਰ ਗੱਲ ਦੇ ਉੱਤੇ ਮੈਨੂੰ ਮੁਕਰਾ ਦਿੰਦੀ ਆ। ਮੈਂ ਕੋਈ ਵੀ ਕੰਮ ਕਰਕੇ ਆਵਾਂ ਮਗਰੋਂ ਜਾ ਕੇ ਹੋਰ ਹੀ ਝੰਜ ਉਠਾ ਦਿੰਦੀ ਆ ਤੂੰ ਆਪਦੀ। ਤੂੰ ਤਾਂ ਨਾ ਚੁੱਪ ਕਰ ਜਾ, ਤੈਨੂੰ ਮੈਂ ਦੱਸਤੀ ਗੱਲ,
ਸੁਣ ਗਿਆ ਹੁਣ ਤੈਨੂੰ? ਜੇ ਇਸ ਘਰੇ ਵਿਆਹ ਕਰਾਉਣਾ ਜਿੱਥੇ ਤੇਰਾ ਪਿਓ ਰਿਸ਼ਤਾ ਦੇਖ ਕੇ ਆਇਆ, ਤਾਂ ਉਦੋਂ ਪਹਿਲਾਂ ਮੈਨੂੰ ਜ਼ਹਿਰ ਲਿਆ ਕੇ ਦੇ ਦੀ, ਸਮਝ ਆ ਗਿਆ ਤੈਨੂੰ? ਮੰਮੀ ਕੋਈ ਨੀ ਪੁੱਤ, ਮੈਂ ਵੀ ਬੇਬਸ ਆ, ਤੈਨੂੰ ਪਤਾ ਤੇਰੀ ਮਾਂ ਦੇ ਸੁਭਾਅ ਦਾ। ਭਾਬੀ ਹੁਣ ਕੀ ਬਣੂਗਾ? ਮਨਿੰਦਰ ਮੰਮੀ ਵੀ ਨਾ, ਬਸ ਪਤਾ ਨੀ ਜ਼ਮੀਨਾਂ ਜਾਇਦਾਦਾਂ ਚ ਕੀ ਰੱਖਿਆ ਗਿਆ। ਮਨਿੰਦਰ ਤੂੰ ਹੀ ਅੱਗੇ ਜਾ ਕੇ ਸੌਖੀ ਰਹੇਗੀ। ਭਾਬੀ ਤੂੰ ਐ ਤਾਂ ਦੇਖ ਵੀ ਮੈਂ ਉਹਦੇ ਨਾਲ ਹੀ ਖੁਸ਼ ਰਹੂੰਗੀ, ਫਿਰ ਕੀ ਹੋ ਗਿਆ ਜੇ ਉਹਨੂੰ ਜ਼ਮੀਨ ਘੱਟ ਆਉਂਦੀ ਆ? ਪਰ ਉਹ ਤਾਂ ਮੇਰਾ ਬਹੁਤ ਕਰਦਾ ਨਾ। ਆ ਪਿਆਰ ਵਿਆਰ ਨਾ ਸਭ ਗੱਲਾਂ ਹੀ ਹੁੰਦੀਆਂ ਨੇ, ਜਦੋਂ ਘਰ ਚ ਆਟਾ ਨੀ ਨਾ ਹੁੰਦਾ, ਦਾਲ ਨੀ ਹੁੰਦੀ ਹੈਗੀ, ਭੁੱਖੇ ਮਰਨ ਦੀ ਨੌਬਤ ਆ ਜਾਂਦੀ ਹੈਗੀ, ਉਦੋਂ ਪਿਆਰ ਵਿਆਰ ਹਵਾ ਚ ਉੱਡ ਜਾਂਦਾ। ਫਿਰ ਭਾਬੀ ਇੰਨਾ ਤਾਂ ਮੈਨੂੰ ਪਤਾ ਵੀ ਉਹ ਮੈਨੂੰ ਭੁੱਖੀ ਨੀ ਮਾਰਦਾ ਹੈਗਾ, ਨਾਲੇ ਪਤਾ ਉਹ ਕਿੱਦਾਂ ਮਿਹਨਤੀ ਆ, ਸਾਰਾ ਕੁਛ ਹੀ ਬਣਾ ਲੂਗਾ। ਹੁਣ ਕੀ ਕੰਮ ਕਰਦਾ ਦੱਸੀ ਮੈਨੂੰ, ਕਿਹੜੀ ਨੌਕਰੀ ਕਰਦਾ ਗਾ? ਵਿਹਲਾ ਹੈਗਾ ਹਜੇ ਉਹ? ਭਾਬੀ ਪੜ੍ਹੀ ਜਾਂਦਾ ਉਹ, ਕੋਈ ਲੱਗ ਜੂਗਾ ਨੌਕਰੀ ਵੀ। ਤੂੰ ਤਾਂ ਮੇਰੀ ਗੱਲ ਸਮਝ, ਤੂੰ ਵੀ ਮੰਮੀ ਹੋਣੀ ਗੱਲਾਂ ਕਰਨ ਲੱਗ ਗਈ ਆ। ਦੇਖ ਮੈਂ ਤਾਂ ਤੇਰੀ ਗੱਲ ਨਾਲ ਸਹਿਮਤ ਆ, ਮੈਂ ਤਾਂ ਕਹਿੰਦੀ ਆ ਵੀ ਜਿੱਥੇ ਤੂੰ ਚਾਹੁੰਦੀ ਤੇਰਾ ਵਿਆਹ ਹੋ ਜਾਵੇ, ਪਰ ਹੁਣ ਜਦੋਂ ਮੰਮੀ ਨੀ ਮੰਨਦੀ ਉਹਦਾ ਕੀ ਕਰੀਏ? ਭਾਬੀ ਤੂੰ ਤਾਂ ਗੱਲ ਕਰਕੇ ਦੇਖ ਲੈ, ਤੂੰ ਸਮਝਾ ਲਾ ਮੰਮੀ ਨੂੰ। ਫਿਰ ਬੋਲੀਆਂ ਗੱਲਾਂ ਮਨਿੰਦਰ ਤੇਰੀਆਂ, ਜਦੋਂ ਤੂੰ ਉਹਦੀ ਧੀ ਹੈਗੀ, ਤੂੰ ਧੀ ਹੋ ਕੇ ਗੱਲ ਨਹੀਂ ਮਨਾ ਸਕੀ ਅੱਬੂ, ਤੇ ਮੈਂ ਨੂੰਹ ਹੋ ਕੇ ਕਿਵੇਂ ਮਨਵਾ ਲੂੰਗੀ? ਭਾਬੀ ਇੱਕ ਗੱਲ ਦੱਸ, ਵਿਆਹ ਤਾਂ ਤੇਰਾ ਵੀ ਤਾਂ ਹੀ ਕੀਤਾ ਤੇਰੇ ਘਰਦਿਆਂ ਨੇ ਵੀ ਸਾਨੂੰ ਜ਼ਮੀਨ ਵਾਧਾ ਆਉਂਦੀ ਸੀ, ਤੂੰ ਕਿੰਨੀ ਕੁ ਖੁਸ਼ ਆ ਇੱਥੇ। ਇਹੀ ਤਾਂ ਗੱਲ ਹੈ ਮਨਿੰਦਰ, ਸਮਝੌਤਾ ਹੀ ਹੁੰਦੀ ਹੈ ਜ਼ਿੰਦਗੀ। ਹੁਣ ਤੇਰੇ ਸਾਹਮਣੇ ਮੈਂ ਕਿੰਨੀ ਕੁ ਸੁਖੀ ਹਾਂ ਇੱਥੇ, ਜਦੋਂ ਦੀ ਵਿਆਹ ਕੇ ਆਈ ਹਾਂ, ਤੇਰਾ ਵੀਰਾ ਉਦੋਂ ਦੀ ਗਿਆ ਹੋਇਆ ਬਾਹਰ, ਕਿੰਨੇ ਕੁ ਵਾਰੀ ਫੋਨ ਕਰਦਾ ਮੈਨੂੰ, ਮੈਂ ਵੀ ਤਾਂ ਕੱਟੀ ਰਹੀ ਹਾਂ ਨਾ ਜ਼ਿੰਦਗੀ। ਔਰਤ ਦੀ ਜ਼ਿੰਦਗੀ ਇੱਕ ਸਮਝੌਤਾ ਹੀ ਹੁੰਦੀ ਹੈਗੀ, ਪਹਿਲਾਂ ਮੇਰੀ ਮਾਂ ਨੇ ਕੱਟੀਆਂ, ਹੁਣ ਮੈਂ ਕੱਟ ਰਹੀ ਹਾਂ, ਤੇ ਸ਼ਾਇਦ ਤੈਨੂੰ ਵੀ ਉਸੇ ਰਾਹ 'ਤੇ ਤੁਰਨਾ ਪਵੇ। ਭਾਬੀ ਤੂੰ ਸਮਝੌਤਾ ਕਰ ਲਿਆ ਜ਼ਿੰਦਗੀ ਨਾਲ, ਪਰ ਮੈਂ ਸਮਝੌਤਾ ਨਹੀਂ ਕਰਦੀ, ਨਾਲ ਜ਼ਿੰਦਗੀ ਕੱਟਣੀ ਥੋੜ੍ਹਾ ਜਿਉਣੀ ਹੈ ਜ਼ਿੰਦਗੀ। ਜ਼ਿੰਦਗੀ ਜਿਉਣਾ ਤਾਂ ਨਾ ਚੰਗੇ ਕਰਮਾਂ ਦਾ ਹਿੱਸਾ ਆਉਂਦਾ, ਸਾਡੇ ਵਰਗੇ ਤਾਂ ਅਸੀਂ ਰੁਲ ਖੁਲ ਕੇ ਮਰ ਜਾਣਗੇ। ਭਾਬੀ ਤੂੰ ਨਹੀਂ ਚਾਹੁੰਦੀ ਕਿ ਮੈਂ ਜ਼ਿੰਦਗੀ ਜਿਉਵਾਂ, ਤੂੰ ਇਹ ਚਾਹੁੰਦੀ ਕਿ ਮੈਂ ਜ਼ਿੰਦਗੀ ਕੱਟਾਂ। ਕਮਲੀ ਮੈਂ ਕਦੋਂ ਚਾਹੂੰਗੀ ਤੇਰਾ ਬੁਰਾ ਦੱਸ ਮੈਨੂੰ, ਮੈਂ ਤਾਂ ਹਮੇਸ਼ਾ ਹੀ ਚਾਹੂੰਗੀ ਵੀ ਤੂੰ ਖੁਸ਼ ਰਹੇ, ਜਿੱਥੇ ਵੀ ਰਹੇ, ਜਿੱਥੇ ਤੂੰ ਚਾਹੁੰਦੀ ਹੈ ਤੇਰਾ ਵਿਆਹ ਉੱਥੇ ਹੀ ਹੋ ਜਾਏ। ਫਿਰ ਭਾਬੀ ਮੇਰੀ ਗੱਲ ਮੰਨ ਲੈਣਾ,
ਕਰ ਲੈ ਮੰਮੀ ਨਾਲ ਗੱਲ, ਮੇਰੇ ਕਰਕੇ ਕਰ ਲੈ, ਸੱਚੀ ਮੈਂ ਉੱਥੇ ਹੀ ਕਰਾਉਣਾ ਭਾਬੀ ਵਿਆਹ। ਮਨਿੰਦਰ ਦੇਖ, ਮੰਮੀ ਜੀ ਨੇ ਮੇਰੀ ਗੱਲ ਮੰਨਣੀ ਤਾਂ ਹੈ ਨਹੀਂ, ਕਰਨੀ ਤਾਂ ਉਹਨਾਂ ਨੇ ਆਪਣੀ ਹੈਗੀ, ਪਰ ਫਿਰ ਵੀ ਜੇ ਤੂੰ ਕਹਿੰਦੀ ਹੈਗੀ ਤਾਂ ਮੈਂ ਇੱਕ ਵਾਰੀ ਗੱਲ ਕਰ ਲੂੰਗੀ। ਭਾਬੀ ਬਣ ਪਲੀਜ਼ ਇੱਕ ਵਾਰੀ ਗੱਲ ਕਰ ਲੈ। ਦੇਖ ਲਾ, ਹਾਂ ਕਹਿੰਦਾ ਕਿ ਮੁੰਡਾ ਦੇਖ ਆਇਆ ਮੈਂ, ਉਹ ਵੀ 3.25 ਕਿੱਲੇ ਜ਼ਮੀਨ ਦੇ, ਨਾ ਸ਼ਰਮ ਨਹੀਂ ਆਈ ਇਹਨੂੰ, ਆ ਕੇ ਮੈਂ ਕੁੜੀ ਡੋਬਣੀ ਥੋੜ੍ਹੀ ਆ, ਮੇਰੀ ਲਾਡਾਂ ਨਾਲ ਭਾਲੀ ਹੋਈ ਧੀ ਆ, ਐਂ ਕਿਵੇਂ ਕਰਦਾ ਮੈਂ ਮਲੰਗਾਂ ਦੇ ਰਿਸ਼ਤਾ। ਕੋਈ ਚੱਜ ਦਾ ਉੱਚਾ ਖਾਨਦਾਨ ਦੇਖੂੰਗੀ, ਇਹਨਾਂ ਦੇ ਮਗਰ ਲੱਗ ਕੇ ਨਹੀਂ ਮੈਂ ਚੱਲਦੀ। ਮੰਮੀ ਜੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ। ਕੀ ਗੱਲ ਕਰਨੀ ਹੈ? ਮੈਂ ਨਾ ਇਹ ਕਹਿੰਦੀ ਸੀ ਵੀ ਮਨਿੰਦਰ ਜਿੱਥੇ ਕਹਿੰਦੇ ਵੀ ਉਹਦਾ ਰਿਸ਼ਤਾ ਉੱਥੇ ਕਰ ਦਿਓ ਤੁਸੀਂ। ਕਿਉਂ? ਮੰਮੀ ਉਹਦੀ ਖੁਸ਼ੀ ਉੱਥੇ ਹੈਗੀ, ਕਿਸੇ ਹੋਰ ਨਾਲ ਖੁਸ਼ ਨਹੀਂ ਰਹਿ ਸਕਦੀ। ਅੱਛਾ, ਤੈਨੂੰ ਜ਼ਿਆਦਾ ਪਤਾ ਹੈ ਵੀ ਉਹ ਕਿੱਥੇ ਖੁਸ਼ ਹੈ ਕਿੱਥੇ ਨਹੀਂ। ਨਹੀਂ ਕਿਤੇ ਮੇਰੀ ਧੀ ਤੇ ਤੂੰ ਮੱਚਦੀ ਤਾਂ ਨਹੀਂ। ਮੰਮੀ ਕਿਹੋ ਜਿਹੀਆਂ ਗੱਲਾਂ ਕਰ ਦਿਓਗੇ, ਮੈਂ ਕਿਉਂ ਮੱਚੂਗੀ? ਤੂੰ ਕਿਉਂ ਮੱਚੇਗੀ? ਤੈਨੂੰ ਮੈਂ ਦੱਸਦੀ ਹਾਂ, ਤੈਨੂੰ ਤਾਂ ਇਹ ਹੈ ਨਾ ਵੀ ਮੈਂ ਤਾਂ 10 ਕਿੱਲੇ ਆਣਿਆਂ ਦੀ ਆ ਗਈ, ਕਿਤੇ ਮੇਰੀ ਨਣਦ ਖੁਸ਼ ਨਾ ਰਹਿ ਜੇ, ਕਿਤੇ ਵਧੀਆ ਘਰੇ ਨਾ ਵਗ ਜੇ, ਨਹੀਂ ਤੂੰ ਤਾਂ ਉੱਤੋਂ ਉੱਤੋਂ ਹੀ ਕਰਦੀ ਹੈ, ਤੈਨੂੰ ਵਿੱਚੋਂ ਕੋਈ ਪਿਆਰ ਨਹੀਂ ਉਹਦਾ, ਮੈਂ ਸਭ ਜਾਣਦੀ ਹਾਂ। ਮੰਮੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ, ਮੈਨੂੰ ਕੋਈ ਗਲਤ ਫਹਿਮੀ ਹੋਈ ਹੈਗੀ, ਮੈਂ ਤਾਂ ਮਨਿੰਦਰ ਨੂੰ ਆਪਣੀ ਛੋਟੀਆਂ ਭੈਣਾਂ ਵਾਂਗੂ ਸਮਝਦੀ ਹਾਂ, ਨਾਲੇ ਮੱਛਰ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਨਾਲੇ ਰਹੀ 10 ਕਿੱਲਿਆਂ ਦੀ ਗੱਲ, ਮੰਮੀ 10 ਕਿੱਲਿਆਂ ਦੇ ਵੀ ਆ ਕੇ ਨਾ ਕੋਈ ਖੁਸ਼ ਨਹੀਂ ਰਹਿ ਸਕਦਾ ਜਿਵੇਂ ਕਿ ਮੈਂ। ਕਿਉਂ, ਤੈਨੂੰ ਪਰੇਸ਼ਾਨੀ ਕੀ ਹੈ? ਇੰਨਾ ਕੁਛ ਤਾਂ ਹੈ, ਭਰਿਆ ਪੂਰਾ ਘਰ ਹੈ, ਹੋਰ ਕੀ ਚਾਹੀਦਾ ਤੈਨੂੰ? ਮੰਮੀ ਮੈਨੂੰ ਇਹ ਦੱਸੋ, ਜਦੋਂ ਕੋਈ ਔਰਤ ਵਿਆਹ ਕੇ ਆਉਂਦੀ ਹੈ ਤਾਂ ਉਹਨੂੰ ਕਿਹਦੇ ਸਾਥ ਦੀ ਲੋੜ ਹੁੰਦੀ ਹੈ? ਆਪਦੇ ਘਰ ਵਾਲੇ ਦੀ? ਪਰ ਉਹ ਤਾਂ ਮੈਨੂੰ ਕਦੇ ਮਿਲੇ ਹੀ ਨਾ। ਤੇ ਹੁਣ ਮੈਂ ਤੇਰਾ ਘਰ ਵਾਲਾ ਕਿੱਥੋਂ ਲਿਆਵਾਂ ਫਿਰ? ਤੈਨੂੰ ਵੀ ਪਤਾ ਚੰਗਾ ਭਲਾ ਵੀ ਉਹ ਬਲੈਤ ਗਿਆ ਹੋਇਆ। ਉਹੀ ਤਾਂ ਮੈਂ ਗੱਲਾਂ ਕਹਿੰਦੀ ਹਾਂ ਮੰਮੀ, ਵੀ ਆਪਣਾ ਮਨਿੰਦਰ ਜਿਹਨੂੰ ਪਸੰਦ ਕਰਦੀ ਹੈ, ਜਿਹਨੂੰ ਪਿਆਰ ਕਰਦੀ ਹੈ, ਉਹ ਮੁੰਡਾ ਚੰਗਾ ਹੈਗਾ, ਉਹਦਾ ਸਾਥ ਦੇਊਗਾ ਸਾਰੀ ਉਮਰ, ਉਹਨੂੰ ਖੁਸ਼ ਰੱਖੂਗਾ, ਈਵਨ ਕਿ ਜਿਹੋ ਜਿਹੀ ਰੁੱਖੀ ਸੁੱਖੀ ਰੋਟੀ ਕਰਦੀ ਹੈ ਉਹਨੂੰ ਖਵਾਊਗਾ ਹੀ, ਭੁੱਖਾ ਨਹੀਂ ਮਰਨ ਦਿੰਦਾ। ਅੱਛਾ, ਮੇਰੀ ਧੀ ਲਾਡਾਂ ਨਾਲ ਪਾਲੀ ਹੋਈ ਰੁੱਖੀਆਂ ਸੁੱਖੀਆਂ ਰੋਟੀਆਂ ਖਾਊਗੀ ਉਹਨਾਂ ਦੀਆਂ ਜਾ ਕੇ? ਵਾਹ ਨੀ ਤੇਰੇ ਬੱਲੇ, ਮੱਤਾਂ ਨਾ ਦੇ ਮੈਨੂੰ, ਦਫਾ ਹੋ। ਤੁਹਾਡੇ ਹੱਥ ਬੰਨਦੀ ਆ ਉਹਦੀਆਂ ਖੁਸ਼ੀਆਂ ਦੀ ਖਾਤਰ। ਐ ਕਰ, ਪੈਰ ਵੀ ਪੈ ਗਿਆ ਪਰ ਭੱਜ ਜਾ ਇੱਥੋਂ, ਨਿਕਲ ਜਾ ਇੱਥੋਂ, ਮੇਰਾ ਪਹਿਲੀ ਦਿਮਾਗ ਖਰਾਬ ਹੋਇਆ ਪਿਆ। ਮੱਤਾਂ ਦਿੰਦੀ ਹੈ ਮੈਨੂੰ ਆ ਕੇ, ਦੇਖ ਤਾਂ ਆਪ ਤਾਂ ਐਡੇ ਘਰ ਚ ਰਾਣੀ ਬਣ ਕੇ ਰਹਿਣਾ ਚਾਹੁੰਦੀ ਹੈ, ਤੇ ਮੇਰੀ ਧੀ ਕਹਿੰਦੀ ਰੁੱਖੀ ਸੁੱਖੀ ਖਾਊਗੀ, ਖਾਊਗੀ ਮੇਰੀ ਧੀ ਰੁੱਖੀ ਸੁੱਖੀ। ਇੰਨੇ ਲਾਡਾਂ ਨਾਲ ਪਾਲੀ ਹੋਈ ਜਵਾਕੜੀ, ਮੈਂ ਤੋਰਦਾ ਮਲੰਗਾਂ ਦੇ ਘਰੇ, ਸ਼ਰਮ ਤਾਂ ਨਹੀਂ ਆਉਂਦੀ ਇਹਨਾਂ ਨੂੰ ਕਹਿੰਦਿਆਂ ਨੂੰ ਕੰਚਰਾਂ ਨੂੰ? ਕੋਈ ਨਾ, ਇਹਨਾਂ ਦੀ ਤਾਂ ਮੈਂ ਇੱਕ ਨਹੀਂ ਮੰਨਦੀ, ਨਾਲੇ ਪਤਾ ਇਹਨਾਂ ਨੂੰ ਮੈਨੂੰ ਜੋ ਕੁਛ ਮਰਜ਼ੀ ਕਰਨਾ ਪੈ ਜੇ, ਜਿੱਥੇ ਮੈਂ ਚਾਹੂੰਗੀ ਨਾ ਮੈਂ ਉੱਥੇ ਰਿਸ਼ਤਾ ਕਰੂੰਗੀ ਮੈਂ ਆਪਦੀ ਧੀ ਦਾ। ਹੁਣ ਕਿਹਨੂੰ ਬੋਲੀ ਜਾਂਦੀ ਹੈ ਮਨਿੰਦਰ?
ਮੈਂ ਭਾਬੀ ਨੂੰ ਭੇਜਿਆ ਸੀ ਮੰਮੀ ਕੋਲ ਵੀ ਭਾਬੀ ਗੱਲ ਕਰ ਲਈ। ਤੈਨੂੰ ਪਤਾ ਤਾਂ ਹੈ ਜਦੋਂ ਮਾੜੀ ਜਿਹੀ ਗੱਲ ਇਹਨੂੰ ਉੱਥੇ ਆ ਗਈ, ਜਿਵੇਂ ਇਹਨੇ ਕਰਨੀ ਆ ਉਵੇਂ ਹੀ ਕਰਨੀ ਹੈ, ਮੰਨਣੀ ਤਾਂ ਨਹੀਂ ਕਿਸੇ ਦੀ ਹੈ ਨਹੀਂ। ਇਸ ਵਾਰ ਤਾਂ ਤੁਸੀਂ ਆਪ ਦੀ ਚਲਾ ਲਓ। ਮੈਂ ਕੀ ਚਲਾ ਲਾਂ, ਤੁਹਾਨੂੰ ਤਾਂ ਸਾਰਾ ਕੁਝ ਫਿੱਟ ਹੈ ਨਾ ਡੈਡੀ। ਮੇਰਾ ਫਿੱਟ ਹੋਇਆ ਕੀ ਕਰੂਗਾ, ਮੈਨੂੰ ਤਾਂ ਸਾਰੀ ਗੱਲ ਚੰਗੀ ਲੱਗੀ ਸੀ। ਮੈਨੂੰ ਤਾਂ ਮੁੰਡਾ ਵਧੀਆ ਲੱਗਿਆ, ਪਰਿਵਾਰ ਵਧੀਆ ਲੱਗਿਆ, ਵਧੀਆ ਇੱਜ਼ਤ ਕੀਤੀ ਵਿਚਾਰਿਆਂ ਨੇ ਸਾਡੀ, ਅਤੇ ਮੈਂ ਨਾਲ ਜਿਹਨੂੰ ਲੈ ਗਏ ਸੀ ਉਹ ਵੀ ਅਗਲੇ ਕਹਿੰਦੇ ਨਹੀਂ ਯਾਰ ਵਧੀਆ ਰਿਸ਼ਤਾ ਵਧੀਆ ਹੈਗਾ। ਹੁਣ ਇਹਨੂੰ ਮੈਂ ਕੀ ਸਮਝਾਵਾਂ, ਅੱਗੇ ਸਮਝੀਏ ਮੇਰੀ ਗੱਲ, ਇਹ ਕਦੇ ਅੱਗੇ ਮੰਨੀ ਇਹਨੇ ਮੇਰੀ ਗੱਲ ਕਦੇ। ਹੁਣ ਫਿਰ ਡੈਡੀ ਕੀ ਕਰੀਏ, ਕੋਈ ਹੱਲ ਇਸ ਗੱਲ ਦਾ? ਪਤਾ ਨਹੀਂ ਇਹਦਾ ਕੀ ਹੱਲ ਹੋਊਗਾ ਕੀ ਨਹੀਂ। ਅੱਛਾ, ਦੋਏ ਪਿਓ ਧੀ ਬਹਿ ਕੇ ਮੇਰੀਆਂ ਗੱਲਾਂ ਕਰ ਰਹੇ ਹੋ ਤੁਸੀਂ? ਓਹ ਮੰਮੀ, ਤੂੰ ਇੰਨੇ ਵਹਿਮ ਕਾਹਤੋਂ ਕਰਦੀ ਆ? ਤੇਰੀ ਕੀ ਗੱਲਾਂ ਕਰਨੀਆਂ ਬਣਾਉਂਦੇ ਸੀ, ਅਸੀਂ ਕੋਈ ਗੱਲ ਨਹੀਂ ਕਰ ਸਕਦੇ। ਤੁਸੀਂ ਤਾਂ ਪਹਿਲਾਂ ਚੁੱਪ ਰਹੋ, ਗੱਲ ਸੁਣ ਲੈ ਕੁੜੀਏ ਕੰਨ ਖੋਲ ਕੇ, ਨਾ ਮੈਂ ਤੇਰਾ ਮਾੜਾ ਚਾਹੂੰਗੀ। ਦੱਸ ਤਾਂ ਸਹੀ ਮੈਨੂੰ, ਮੈਂ ਤੇਰੀ ਮਾਂ, ਤੈਨੂੰ ਢਿੱਡੋਂ ਜੰਮਿਆ, ਕੋਈ ਚੱਕ ਕੇ ਤਾਂ ਤੂੰ ਲਿਆਂਦੀ ਨਹੀਂ। ਤੇਰੇ ਕਿਹੜਾ ਤੈਨੂੰ ਐਂ ਕਿਹਾ ਵੀ ਤੂੰ ਤਾਂ ਮਾੜਾ ਕਰੇਂਗੀ, ਤੇ ਫਿਰ ਮੇਰੀ ਗੱਲ ਕਿਉਂ ਨਹੀਂ ਮੰਨਦੇ ਤੁਸੀਂ? ਮੰਨੀ ਬੈਠੇ ਹੁਣ ਕੀ ਤੇਰੀ ਗੱਲ ਰਹਿ ਗਈ? ਮੰਮੀ ਫਿਰ ਤੂੰ ਵੀ ਮੇਰੀ ਖੁਸ਼ੀ ਦੇਖ ਨਾ, ਜੇ ਤੂੰ ਮੈਨੂੰ ਇੰਨੇ ਪਿਆਰ ਕਰਦੀ ਆ ਤਾਂ ਮੇਰੀ ਖੁਸ਼ੀ ਦੇਖ ਜਿੱਥੇ ਮੈਂ ਖੁਸ਼ ਹਾਂ। ਅੱਛਾ, ਅੱਜ ਤੱਕ ਮੈਂ ਤੇਰੀਆਂ ਖੁਸ਼ੀਆਂ ਦੇਖੀਆਂ ਨੇ ਪੁੱਤ, ਹੁਣ ਤੂੰ ਵੀ ਮੇਰੀ ਖੁਸ਼ੀ ਦੇਖ ਲਾ। ਤੂੰ ਕਿਹਾ ਸੀ ਨਾ ਵੀ ਮੇਰੇ ਡੈਡੀ ਨੂੰ ਇੱਕ ਵਾਰੀ ਭੇਜ ਦੇ, ਜੇ ਤੁਹਾਨੂੰ ਫਿੱਟ ਬੈਠਿਆ ਕਰ ਦਿਓ। ਪਰ ਸਾਰਾ ਕੁਝ ਮੈਨੂੰ ਇਹਦੀ ਗੱਲ ਪਸੰਦ ਆ ਗਈ ਸੀ ਜਦੋਂ ਇਹਨੇ ਜ਼ਮੀਨ ਦੱਸੀ ਨਾ, ਬਸ ਮੈਂ ਇੰਨੀ ਕੁ ਜ਼ਮੀਨ ਵਾਲੇ ਦੇ ਤੇਰਾ ਰਿਸ਼ਤਾ ਨਹੀਂ ਕਰ ਸਕਦੀ ਪੁੱਤ। ਮੇਰੀ ਗੱਲ ਸੁਣ, ਬਹੁਤ ਲੋਕ ਇਹੋ ਜਿਹੇ ਹੁੰਦੇ ਜਿਹਨਾਂ ਕੋਲ ਜ਼ਿਆਦਾ ਜ਼ਮੀਨ ਹੁੰਦੀ ਹੈ ਤੇ ਮੁੰਡਾ ਕੋਈ ਖਰਾਬ ਨਿਕਲ ਜਾਂਦਾ, ਨਸ਼ਾ ਪਤਾ ਕਰਨ ਲੱਗ ਜਾਂਦਾ, ਸਾਰਾ ਕੁਝ ਵਿਕ ਜਾਂਦਾ, ਕੋਈ ਕੇਸ ਪੈ ਜਾਂਦਾ, ਕੋਈ ਗੱਲ ਹੋ ਜਾਂਦੀ ਹੈ, ਉਹਨਾਂ ਦੀ ਸਾਰੀ ਜ਼ਮੀਨ ਵਿਕ ਜਾਂਦੀ ਹੈ, ਫਿਰ ਕੀ ਕਰਾਂਗੇ ਜੇ ਇਦਾਂ ਦੀ ਕੋਈ ਗੱਲਬਾਤ ਹੋ ਗਈ? ਇਹ ਵਿਚਾਰਾ ਮੁੰਡਾ ਸਹੀ ਹੈ ਨਾ, ਫਿਰ ਥੋੜੀ ਜ਼ਮੀਨ ਵਾਲੇ ਦੇ ਵੀ ਕੀ ਕਰਾਂਗੇ? ਆ ਮੱਗਰ ਦੀ ਕੁੜੀ ਦਾ ਹਾਲ ਦੇਖਿਆ ਕੀ ਹੋਇਆ ਪਿਆ, ਹੁਣ ਕਿਵੇਂ ਰੋਂਦੀ ਆ ਉਹ, ਅੱਖਾਂ 'ਚ ਘਸੁੰਨ ਦੇ ਦੇ ਕੇ। ਦੇਖੀ ਆ ਉਹ, ਮਿਲੀਆਂ ਕਦੇ ਉਹਨੂੰ? ਪੁੱਛ ਕੇ ਦੇਖੀ? ਉਹ ਤਾਂ ਉਹਨਾਂ ਨੇ ਆਪ ਨਾਲ ਕਾਹਲੀ ਕੀਤੀ ਸੀਗੀ। ਅੱਛਾ, ਆਪ ਨੇ ਕਾਹਲੀ ਕੀਤੀ ਸੀ ਉਹਨਾਂ ਨੇ? ਆਹੋ, ਕਿਸੇ ਨੇ ਮਗਰ ਲੱਗ ਕੇ ਕਰਾਤਾ ਹੋਣਾ ਰਿਸ਼ਤਾ ਉਹਨਾਂ ਦੇ ਕਾਹਨੂੰ, ਤਾਂ ਹੀ ਤਾਂ ਮੈਂ ਕਹਿੰਦੀ ਹਾਂ। ਨਹੀਂ ਮੇਰੀ ਸੁਣੋ, ਮੇਰੀ ਮੰਨੋ। ਉਹ ਤੇਰੀ ਮੰਨੀ ਆ ਹੁਣ ਤੱਕ, ਮੈਂ ਕਿਹੜਾ ਮਨਿੰਦਰ ਦੀ ਮਾਂ ਆਪਦੀ ਚਲਾ ਲਈ, ਕਦੇ ਚਲਾਈ ਆਪਦੀ? ਵਾ ਤੇ ਮੈਂ ਗਲਤ ਕਰਦੀ ਹਾਂ ਜੇ ਮੈਂ ਚਲਾ ਰਹੀ ਹਾਂ ਇਸ ਘਰ ਦੇ ਵਿੱਚ, ਮੈਂ ਕੋਈ ਸੱਟ ਕੇ ਆਉਣੀ ਆ ਬਾਹਰ? ਮੰਮੀ, ਹਰ ਵਾਰ ਬੰਦਾ ਸਹੀ ਨਹੀਂ ਹੁੰਦਾ, ਕਿਸੇ ਗੱਲ ਤੇ ਗਲਤ ਵੀ ਹੋ ਸਕਦਾ। ਜਦੋਂ ਮੈਂ ਹੀ ਦੁਖੀ ਆ। ਕੀ ਸਮਝਾਈ ਜਾਨੀ ਇਹਨੂੰ ਤੂੰ? ਤੇਰੀ ਗੱਲ ਮੰਨੂਗੀ, ਸਮਝੂਗੀ? ਹੈ ਤੁਸੀਂ ਸਮਝਾ ਲਓ ਫਿਰ। ਆਹੋ, ਹੋਰ ਭੜਕਾ ਦੇ ਕੁੜੀ ਨੂੰ, ਮੈਂ ਦੁਸ਼ਮਣ ਆ ਨਾ ਉਹਦੀ। ਕੁੜੀ ਨੂੰ ਮੈਂ ਭੜਕਾਤਾ? ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਇਹ ਗੱਲ ਕਹਿੰਦੇ ਨੂੰ? ਯਾਰ ਮੈਂ ਇਹ ਕਿਹੜਾ ਮੰਨੂਗੀ? ਤੇ ਹੋਰ ਹੁਣ ਤੂੰ ਮੰਨੇਗੀ? ਮੈਂ ਤਾਂ ਪਾਗਲ ਆ ਨਾ ਵੀ ਜਿਹੜੀ ਮੈਂ ਤੁਹਾਡੀਆਂ ਗੱਲਾਂ ਨਹੀਂ ਆਲਾ ਨਾਲੋਂ ਘੱਟ ਵੀ ਨਹੀਂ ਹੈਗੀ। ਤੂੰ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਗੱਲ, ਤੈਨੂੰ ਕੰਨ ਖੋਲ ਕੇ ਦੱਸਾਂ ਤੈਨੂੰ ਗੱਲ, ਠੀਕ ਹੈ ਨਾ? ਹੁਣ ਘਰ ਬੱਸ ਜਾਣ ਦੇ, ਇਹਦਾ ਤਾਂ ਬੱਸ ਜਾਣ ਦੇ ਨਾ। ਪਹਿਲਾਂ ਮੈਂ ਕਿਹਦਾ ਪੱਟਿਆ ਵੀ ਜਿਹੜਾ ਇਹਦਾ ਬੱਸ ਜਾਣ ਦਾ? ਮੇਰੀ ਭੈਣ ਦਾ ਤੇਰੇ ਕਰਕੇ ਹੋਇਆ ਸੀ ਤਲਾਕ, ਉਹਨੂੰ ਉਹ ਤਾਂ ਮੈਂ ਵਿਆਹ ਦੀ ਦੂਜੇ ਥਾਂ ਦੇ ਉੱਤੇ ਬੱਸ ਗਈ ਉਹ। ਅੱਛਾ, ਇੰਨੀਆਂ ਡੂੰਘੀਆਂ ਗੱਲਾਂ ਲਈ ਬੈਠਾ ਮਨ ਚ? ਤਾਂ ਡੂੰਘੀਆਂ ਗੱਲਾਂ ਤਾਂ ਫਿਰ ਕਰਨੀਆਂ ਪੈਂਦੀਆਂ ਹੀ ਆ ਜਦੋਂ ਆਪ ਇਹੋ ਜਿਹੀਆਂ ਗੱਲਾਂ ਕਰਦੀ ਆ। ਬਸ ਹੁਣ ਮੇਰਾ ਮੂੰਹ ਨਾ ਖਲਾ, ਮੈਂ ਤੁਹਾਨੂੰ ਦੱਸਾਂ ਗੱਲ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਤੈਨੂੰ ਕਿਹਾ ਨਾ ਆ ਦੇਖ ਲਾ ਮੱਗਰ ਨੇ ਕੀ ਦੇਖਿਆ ਸੀਗਾ ਕੁੜੀ ਵਾਸਤੇ, ਕਹਿੰਦਾ ਸੀ ਮੁੰਡਾ ਨੌਕਰੀ ਲੱਗਿਆ ਹੋਇਆ, 2 ਕਿੱਲੇ ਆਉਂਦੇ ਨੇ, ਇਹਨਾਂ ਤਾਂ 2 ਵੀ ਬਥੇਰੇ ਨੇ, ਉਹ ਨੌਕਰੀ ਤੋਂ ਵੀ ਕੱਢ ਕੇ ਮਾਰਿਆ, ਆ ਕੁੜੀ ਹੋ ਗਈ, ਆਪ ਉਹ ਪੂਰਾ ਹੋ ਗਿਆ ਵਿਆਹ ਹੋਣ ਵਾਲਾ। ਉਹਦੀ ਤਾਂ ਕੰਪਨੀ ਬੰਦ ਹੋ ਗਈ,
ਹੈ ਤੇ ਕੁੜੀ ਮੁੰਡੇ ਦੀ ਬੱਚਾ ਹੋਣਾ ਕਿਸੇ ਦੇ ਬਸ ਚ ਹੁੰਦਾ, ਇਹ ਤਾਂ ਰੱਬ ਨੇ ਦੇਣਾ। ਆਪਣਾ ਨੀ ਸੀ ਜੀ ਕਰਦਾ ਆਪਣੇ ਘਰੇ ਪੁੱਤ ਹੀ ਹੋਣ, ਕੁੜੀ ਹੋਵੇ ਨਾ। ਕੁੜੀਆਂ ਵੀ ਤਾਂ ਕਿਸੇ ਸਿਰ ਤੇ ਜਿਉਂਦੀਆਂ ਹੀ ਨੇ, ਜੇ ਮਾੜਾ ਮੋਟਾ ਜ਼ਮੀਨ ਦਾ ਕੁਛ ਆਉਂਦਾ ਹੋਊ ਠੇਕਾ ਪੱਤਾ, ਫੇਰ ਹੀ ਕੁਛ ਕਰਨਗੇ ਉਹ ਗਾਂ। ਚਲ ਠੀਕ ਹੈ, ਤੂੰ ਜਿੱਤੀ ਮੈਂ ਹਾਰਿਆ, ਜਿਵੇਂ ਤੈਨੂੰ ਚੰਗਾ ਲੱਗਿਆ ਉਵੇਂ ਕਰ ਲਈ, ਠੀਕ ਹੈ। ਮੇਰੀ ਗੱਲ ਸੁਣ, ਜੇ ਬੇਨਤੀ ਹੈ ਤੈਨੂੰ, ਜੇ ਤੂੰ ਆਪ ਇੱਕ ਵਾਰੀ ਜਾ ਕੇ ਦੇਖ ਲਵੇਂ, ਜੇ ਤੈਨੂੰ ਨਾ ਪਸੰਦ ਆਇਆ ਤੇ ਮੈਨੂੰ ਨਾ ਵਟਾ ਦੇ। ਮੈਂ ਨਹੀਂ ਜਾਂਦੀ। ਠੀਕ ਹੈ, ਮੈਂ ਕਹਿਤਾ ਤਾਂ ਕਹਿਤਾ। ਚਲ ਚੰਗਾ, ਤੂੰ ਕਹਿਤਾ ਤਾਂ ਕਹਿਤਾ ਫਿਰ, ਠੀਕ ਹੈ। ਮੇਰੀ ਮਾਂ ਰਿਸ਼ਤਾ ਕਰਾਉਂਦੀ ਆ, ਮੈਂ ਤਾਂ ਉਹ ਰਿਸ਼ਤਾ ਦੇਖਣਾ। ਸੁੱਖ ਨਾਲ 15 ਕਿੱਲੇ ਪੂਰੇ ਆਉਂਦੇ ਨੇ ਮੁੰਡੇ ਨੂੰ, ਨਾਲੇ ਕੰਚ ਵਰਗਾ ਮੁੰਡਾ, ਸੋਹਣਾ ਸੁਨੱਖਾ। ਚਲ ਕੋਈ ਗੱਲ ਨੀ, ਤੂੰ ਉਹਦੇ ਮਾਂ ਦੇ ਉਹਦੇ ਤੇ ਕਰ ਲਾ ਭਾਈ, ਜਿੱਥੇ ਕਹਿੰਦੇ ਹਨ, ਤੇ ਮਾਂ ਵੀ ਖਰਚਾ ਵੀ ਕਰ ਦੂ ਫਿਰ, ਮਾਂ ਸਾਰਾ ਲੈਣ ਦੇਣ ਵੀ ਕਰ ਲਊਗੀ, ਠੀਕ ਹੈ ਨਾ। ਕਿਉਂ ਮਾਂ ਕਿਉਂ ਖਰਚਾ ਕਰੂਗੀ ਫਿਰ? ਇਹਦਾ ਮਤਲਬ ਮੇਰੀ ਤਾਂ ਮੰਨਣੀ ਨੀ, ਮਾਂ ਨੇ ਤੇਰੀ ਨੇ ਕਦੇ ਮੇਰੀ ਅੱਗੇ ਚੱਲਣ ਦਿੱਤੀ ਹੈ ਕਿਸੇ ਗੱਲ ਦੇ ਵਿੱਚ? ਮੈਂ ਵੀ 10 ਕਿੱਲਿਆਂ ਦਾ ਮਾਲਕ ਹਾਂ, ਮੈਨੂੰ ਕਿਹੜਾ ਕਿਸੇ ਚੀਜ਼ ਦੀ ਕੋਈ ਕਮੀ ਹੈ? ਤੇ ਫਿਰ ਕਾਸਰ ਕਿੱਥੇ ਰਹੀ ਆ? ਕੀ ਨੀ ਤੇਰੀ ਮੰਨੀ ਦੱਸ ਮੈਨੂੰ। ਕੀ ਨੀ ਮੰਨੀ? ਨਾਲੇ ਹੋਰ ਕੁੜੀ ਦੇ ਵਿਆਹ ਦਾ ਮਾਮਲਾ, ਸਾਰੀ ਜ਼ਿੰਦਗੀ ਦਾ। ਮੈਂ ਮੁੰਡੇ ਨਾਲ ਗੱਲ ਕਰੂੰਗਾ, ਠੀਕ ਹੈ ਨਾ, ਅੱਜ ਆਥਣ ਇਹਦੇ ਨਾਲ ਗੱਲ ਕਰੂੰਗਾ, ਪਹਿਲਾਂ ਉਹਨੂੰ ਸਾਰੀ ਗੱਲ ਦੱਸੂਗਾ, ਜੇ ਤਾਂ ਉਹ ਮੰਨ ਗਿਆ ਤਾਂ ਠੀਕ ਹੈ, ਉਹ ਤੋਂ ਸਾਰੀ ਗੱਲ ਪੁੱਛੂਗਾ, ਠੀਕ ਹੈ ਬਈ, ਵੀ ਦੱਸ ਹੁਣ ਕਿਵੇਂ ਕੀ ਕਰਨਾ ਕੀ ਨਹੀਂ। ਉਹ ਭਲੀਏ ਲੋਕੇ, ਤੇਰਾ ਦਿਮਾਗ ਕਿਉਂ ਨੀ ਕੰਮ ਕਰਦਾ? ਤੂੰ ਮੈਨੂੰ ਐਂ ਦੇਖ, ਮੁੰਡਾ ਆਪਣਾ ਬਾਹਰ ਸੈੱਟ ਆ, ਹੈਂ, ਤੇ ਕੱਲ ਨੂੰ ਬਹੂ ਵੀ ਆਪਣੇ ਕੋਲੋਂ ਵਗ ਜੂਗੀ, ਉਹ ਤੂੰ ਮੁੜ ਕੇ ਇੱਥੇ ਜ਼ਮੀਨ ਕਿਹਨੇ ਚੱਟਣੀ ਆ ਤੂੰ? ਅੱਜ ਆਪਾਂ ਤਾਂ ਬਜ਼ੁਰਗ ਹੋ ਕੇ ਬਹਿ ਜਾਗੇ। ਚੱਲ ਜੇ ਦੋਨੇ ਭੈਣ ਭਰਾ ਕੋਈ ਮਾੜਾ ਮੋਟਾ, ਜੇ ਆਪਾਂ ਵੀ ਨਾਲ ਕੋਈ ਇਹਨਾਂ ਨੂੰ ਲਾ ਦਿਆਂਗੇ ਸਹਾਰਾ, ਤਾਂ ਫਿਰ ਕੀ ਗੱਲ ਹੋਜੂਗੀ? ਜਵਾਕ ਤਾਂ ਸੈੱਟ ਹੋ ਜਾਣ। ਕੁੜੀ ਦਾ ਆਪਦਾ ਘਰ ਵੀ ਤਾਂ ਰੱਜਵਾਂ ਪੁੱਜਵਾਂ ਚਾਹੀਦਾ, ਕਮਲੰਗਾਂ ਦੇ ਵਿਆਹ ਕੇ ਉਹਨੂੰ ਉੱਥੇ ਦੇਈ ਜਾਵਾਂ ਸਾਰਾ ਕੁਛ, ਐ ਕਰਦੀਆਂ ਕਰਦੇ ਉੱਥੇ ਰਿਸ਼ਤਾ, ਸਾਰਾ ਘਰ ਬਾਰ ਨਾਲ ਲਵਾ ਦਿੰਦੀ ਆ ਉਹਦੇ, ਨਾਲੇ ਜ਼ਮੀਨ ਲਵਾ ਦਿੰਦੀ ਆ। ਤੁਸੀਂ ਫਿਰ ਠੂਠੇ ਵਜਾਉਂਦੇ, ਮੈਂ ਕੀ ਲੈਣਾ? ਮੇਰੀਆਂ ਤਾਂ ਤੁਹਾਨੂੰ ਗੱਲਾਂ ਚੰਗੀਆਂ ਨਹੀਂ ਨਾ ਲੱਗਦੀਆਂ। ਆ ਬੰਨੇ ਤੇਰੇ ਮੂਹਰੇ ਹੱਥ, ਮੰਨ ਲੈ ਮੇਰੀ, ਮੰਨ ਲੈ ਮੇਰੀ, ਨਾ ਐ ਕਰ, ਆਪਦੀ ਧੀਏ ਖੁਸ਼ੀ ਰਹੂਗੀ। ਚੱਲ ਚੰਗਾ, ਚਾਹ ਦੀ ਘੁੱਟ ਬਣਾ ਦੇ, ਮੈਂ ਜਾਣਾ ਗਾ। ਦਿਮਾਗ ਤੇ ਨਾ ਲੋੜ ਲੈ ਕੇ ਮਾੜਾ ਜਿਹਾ ਸੋਚ ਲਾ ਵੀ ਗਾਹਾਂ ਬਣਨਾ ਕੀ ਆ। ਆ 2-3 ਕਿੱਲੇ ਨਾ ਕੁਛ ਨੀ ਬਣਦਾ ਕੁੜੀ ਦਾ। ਸਾਰੀ ਉਮਰ ਇਸ ਜਨਾਨੀ ਨੇ ਮੇਰੀ ਪੱਟੀ, ਪਹਿਲਾਂ ਮੁੰਡੇ ਵੇਰੇ ਮੈਂ ਆਹੀ ਗੱਲਾਂ ਕਰਦਾ ਹੁੰਦਾ ਸੀਗਾ, ਪਤਾ ਨੀ ਕੀ ਇਹਦੇ ਦਿਮਾਗ ਵਿੱਚ ਫੜਿਆ, ਇਹਨੇ ਸਹੁੰ ਖਾਧੀ ਹੋਈ ਆ ਵੀ ਮੇਰੀ ਗੱਲ ਮੰਨਣੀ ਨੀ, ਮੰਨਣੀ ਨੀ। ਚਲ ਵੀ ਬੰਦੇ ਘਰੋਂ ਨਿਕਲ, ਤੂੰ ਤਾਂ ਯਾਰ ਇੱਥੇ ਜਾ ਕੇ ਘੰਟਾ ਪਾਉਣਾ ਖੇਤ। ਸ਼ਿੰਦਰੇ ਨੀ ਸ਼ਿੰਦਰੇ, ਬੀਬੀ ਬੀਬੀ ਆ ਵੀ ਗਈ ਐਡੀ ਛੇਤੀ? ਹੋਰ ਮੈਂ ਤਾਂ ਤੇਰਾ ਫੋਨ ਸੁਣ ਕੇ ਉੱਥੇ ਆਟੋ ਤੇ ਚੜ ਗਿਆ, ਰਿਪੋਰਟਾਂ ਕਰਾਉਣ ਗਈ ਸੀ। ਹੋਰ ਮੈਨੂੰ ਤਾਂ ਫਿਕਰ ਜਿਹਾ ਲੱਗ ਗਿਆ, ਮੈਂ ਕਿਹਾ ਫੋਨ ਪਤਾ ਨੀ ਕਾਹ ਤੋਂ ਆ ਗਈਆਂ। ਰਿਪੋਰਟਾਂ ਕਰਾਈਆਂ ਨੇ? ਆਪਦੀਆਂ ਕਰਾਈਆਂ ਨੇ, ਸ਼ੂਗਰ ਬਹੁਤ ਵੱਧ ਜਾਂਦੀ ਆ। ਅੱਛਾ, ਆਪਦੀਆਂ ਕਰਾਈਆਂ। ਬੀਬੀ ਮੱਥਾ ਟੇਕਦੀ ਆ। ਜਮਦੀ ਦਾ ਪੁੱਤ ਵੱਡਾ ਸਾਗਣ ਤੇਰੇ ਵੀਰ ਜਿਆ ਮਤਰ, ਠੀਕ ਆ ਤਾਂ? ਹਾਂ ਜੀ ਠੀਕ ਠਾਕ, ਤੁਸੀਂ ਦੱਸੋ ਠੀਕ ਆ? ਹਾਂ ਠੀਕ ਆ, ਬਹੁਤ ਵਧੀਆ। ਆ ਜਾ ਬੀਬੀ, ਆ ਜਾ। ਹੋਰ ਆ ਰਿਪੋਰਟਾਂ ਦੀਆਂ ਦਿਖਾਉਣ ਆਈ ਸੀ, ਸ਼ੂਗਰ ਦੀਆਂ ਤੇ ਬਾਹਲਾ ਹੀ ਹੋਈ ਪਈ ਆ, ਸ਼ੂਗਰ ਵਧੀ ਪਈ ਆ ਗਈ, ਬਾਹਲੀ ਵੱਧ ਗਈ, ਤੇ ਮੈਂ ਤਾਂ ਹੋਰ ਤੇਰੀ ਮੰਮੀ ਦਾ ਫੋਨ ਗਿਆ, ਫੇਰ ਮੈਂ ਭੱਜੀ ਆਈ। ਮੰਮੀ ਚਾਹ ਬਣਾ ਲਾ। ਨਾ ਕਾਹਨੂੰ ਬਣਾਉਣੀ ਆ, ਐਂ ਕਰਦੀ ਮਹੂਰਤ ਕਢਾ ਲੈਣੀ ਆ, ਫੇਰ ਧਰੀ ਤੂੰ ਚਾਹ। ਨਾ ਆਏ ਗਏ ਨੂੰ ਚਾਹ ਪੁੱਛੀ ਦੀ ਨੀ ਹੁੰਦੀ, ਬੇਸ਼ਰਮ ਕਿਸੇ ਥਾਂ ਦੀ।
ਹੈ ਸ਼ਿੰਦਰੇ, ਤੂੰ ਮੈਨੂੰ ਕਾਹਲੇ ਜੇ ਨਾਲ ਫੋਨ ਲਾਇਆ ਪੁੱਤ, ਕੀ ਗੱਲ ਆ ਘਰੇ? ਕੋਈ ਗੱਲ ਹੈ? ਤੈਨੂੰ ਦੱਸਦੀ ਆ ਬੀਬੀ ਸਾਰਾ ਕੁਝ। ਹਾਂ ਦੱਸ ਬਾਈ। ਮੈਨੂੰ ਟੈਨਸ਼ਨ ਹੋ ਗਈ ਜਦੋਂ ਤੇਰਾ ਫੋਨ ਗਿਆ। ਬਸ ਟੈਨਸ਼ਨ ਕਾਹਦੀ, ਟੈਨਸ਼ਨ ਤਾਂ ਮੇਰੇ ਸਿਰ ਤੇ ਬਥੇਰੀ ਪਈ ਆ। ਅੱਛਾ ਆ ਦੇਖ ਲਾ ਮਨਿੰਦਰ ਕਿੰਨੇ ਲਾਡਾਂ ਨਾਲ ਪਾਲੀ ਹੋਈ ਆ ਮੇਰੀ, ਤੂੰ ਤਾਂ ਜਾਣਦੀ ਨਹੀਂ ਆ। ਹਾਂ ਮੈਨੂੰ ਤਾਂ ਪਤਾ, ਕਦੇ ਤੁੱਤੀ ਵਾਹ ਨਹੀਂ ਮੈਂ ਤੇ ਇਹਨੂੰ ਲੱਗਣ ਦਿੱਤੀ ਹੈ ਨਾ। ਅੱਛਾ ਇਹ ਕਿਸੇ ਮੁੰਡੇ ਨੂੰ ਕਰਦੀ ਆ ਪਸੰਦ। ਅੱਛਾ ਮਨਿੰਦਰ ਆਪਣੀ। ਅੱਛਾ ਆਪਦੇ ਪਿਓ ਨੂੰ ਕਹਿੰਦੀ ਮੁੰਡਾ ਦੇਖ ਕੇ ਆਈ। ਅੱਛਾ ਦੇਖ ਵੀ ਆਇਆ ਉਹ? ਹਾਂ ਜ਼ਮੀਨ ਆਉਂਦੀ ਆ ਉਹਨੂੰ ਪੌਣੇ ਕੁ 3 ਕਿੱਲੇ ਲੈ। ਹਾਂ ਮੈਂ ਮਨਾ ਕਰਤਾ ਨਾ, ਆਪਾਂ ਕਿਤੇ ਹੋਰ ਵੇਖ ਲੈਣੇ ਆ, 3 ਪੌਣੇ 3 ਕਿੱਲੇ ਵਾਲਾ ਕੀ ਪਾਰ ਲਾਊਗਾ ਕੁੜੀ ਨੂੰ। ਉਹ ਜਿਹੜਾ ਗੁਮਟੇ ਪਿੰਡ ਨੇ ਰਿਸ਼ਤਾ ਦੇਖਿਆ ਸੀ, ਉਹ ਮੁੰਡੇ ਦਾ ਕਿਤੇ ਹੋਇਆ ਤਾਂ ਨਹੀਂ ਹੈਗਾ? ਨਾ ਨਾ ਇਹ ਤਾਂ ਕਿਤੇ ਨਹੀਂ ਹੋਇਆ। ਅੱਛਾ ਚੱਲ ਠੀਕ ਆ, ਮੁੰਡਾ ਤਾਂ ਬਥੇਰਾ ਸੋਹਣਾ ਸੀ ਉਹ ਹਨਾ। 15 ਕਿੱਲੇ ਜ਼ਮੀਨ ਆਉਂਦੀ ਆ ਉਹਨੂੰ, ਉਹ ਵੇਖ ਲੈਣੇ ਆ, ਤੇ ਇਹ ਕੋਈ ਹੋਰ ਨਾ ਚੰਦ ਚੜਾ ਦੇ, ਤੇਰੀਆਂ ਹੱਡੀਆਂ ਤੜਵਾ ਦੂਗੀ। ਕੋਈ ਚੱਜ ਦਾ ਘਰ ਦੇਖ, ਮੈਂ ਦੇਖਿਆ 15 ਕਿੱਲੇ ਜ਼ਮੀਨ ਆਉਂਦੀ ਆ, ਉਹ ਮੁੰਡਾ ਵੇਖ ਲੈਣੇ ਆਪਾਂ, ਉੱਥੇ ਵੇਖ ਲੈਣੇ ਆ। ਜਾ ਹੁਣ ਕਬੂਥਾ ਹੀ ਦੇਖੀ ਜਾਏਗੀ, ਗੱਲਬਾਤ ਕਰ ਲੈਣਗੇ। ਇਹਨੇ ਉਦੋਂ ਮੈਨੂੰ ਪਰੇਸ਼ਾਨ ਕਰਕੇ ਰੱਖ ਰੱਖਿਆ। ਦੱਸ ਮੈਂ ਤੈਨੂੰ ਇਹੀ ਕਹਿੰਦੀ ਆ ਬਸ, ਹਾਂ ਉਹ ਮੁੰਡਾ ਦੇਖ ਤੂੰ, ਠੀਕ ਹੈ ਆਪਾਂ ਉੱਥੇ ਹੀ ਕਰਾਂਗੇ। ਦਾ ਮੰਨ ਤਾਂ ਜਾਊਗਾ ਪਿਓ ਦਾ? ਪਿਓ ਮੰਨ ਮੰਨੂਗਾ ਕਿਵੇਂ ਨੀ? ਬਸ ਨਾ ਮੰਨੇ ਹਾਂ ਤਾਂ ਮੈਨੂੰ ਪਤਾ ਮੈਂ ਕਿਵੇਂ ਮਨਾਉਣੇ। ਬਸ ਠੀਕ ਹੈ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ, ਮੁੰਡੇ ਦਾ ਨਹੀਂ ਹਜੇ ਹੋਇਆ ਰਿਸ਼ਤਾ, ਇਹ ਹੋਰ ਨਾ ਘਰੇ ਚੰਦ ਚੜਾ ਦੇ ਕੋਈ, ਬਸ ਇਹ ਧਿਆਨ ਰੱਖ ਤੇ ਮੈਂ ਪਤਾ ਕਰ ਲੂੰਗੀ ਅੱਜ। ਠੀਕ ਹੈ ਬੇਬੇ। ਹਾਂ ਇਹਦੇ ਪਿਓ ਨੂੰ ਭਾਈ ਮਨਾ ਲਓ, 2 ਪੌਣੇ 2 ਕਿੱਲਿਆਂ ਨਾਲ ਕੋਈ ਕੁੜੀਆਂ ਵੱਸ ਜਾਂਦੀਆਂ, ਕੀ ਅਗਲਾ ਖਾਊ ਤੇ ਕੀ ਕਰੂ। ਇਹੀ ਮੈਂ ਕਿਹਾ ਸੀ। ਹਾਂ ਪਰ ਇਹਨਾਂ ਨੂੰ ਮੇਰੀਆਂ ਗੱਲਾਂ ਕਿੱਥੇ ਹਜਮ ਆਉਂਦੀਆਂ ਨੇ, ਕਿੱਥੇ ਚੰਗੀਆਂ ਲੱਗਦੀ। ਕੁੜੀ ਤਾਂ ਸਾਡੀ ਬਹੁਤ ਸੁਖੀ ਵਸੂਗੀ, ਤੈਨੂੰ ਕੀ ਪਤਾ? ਹਾਂ ਪਤਾ। ਇਦੋਂ ਆਹ ਦੱਸ ਆ ਜਿਹੜੀ ਸਹੇੜ ਕੇ ਲਿਆਂਦੀ ਹੋਈ ਹੈ, ਡੋਬ ਦਿਓਗੇ ਕੁੜੀ ਨੂੰ, ਡੋਬ ਦਿਓਗੇ? ਪਤਾ ਕੀ ਕਹਿੰਦੀ? ਹਾਂ ਕਹਿੰਦੀ ਕਰ ਦੋ ਮਨਿੰਦਰ ਦਾ, ਫੇਰ ਕਿੱਡੀ ਕੁ ਗੱਲ ਹੋ ਗਈ। ਕਹਿੰਦੀ ਹਾਂ ਪਿਆਰ ਚਾਹੀਦਾ ਚਾਹੇ ਰੁੱਖੀ ਸੁੱਖੀ ਰੋਟੀ ਮਿਲ ਜੇ। ਅੱਛਾ ਮਹਾ ਆਹੋ ਤੈਨੂੰ ਤਾਂ ਏਡਾ ਵੱਡਾ ਘਰ ਮਿਲ ਗਿਆ, ਮਿਲ ਗਿਆ ਤੂੰ ਤਾਂ ਪੂਜਾ ਕਰਦੀ ਆ, ਤੂੰ ਵੀ ਉਹ ਦੁਖੀ ਵਸੇ। ਹਾਂ ਬਸ ਮੈਂ ਸੁੱਖ ਚ ਰਹਾ, ਮੈਂ ਨਹੀਂ ਮੰਨਦੀ ਇਹਨਾਂ ਦੀ। ਬਸ ਠੀਕ ਹੈ ਕੋਈ ਨਹੀਂ, ਮੈਂ ਉਹ ਅੱਜ ਹੀ ਪਤਾ ਕਰਕੇ ਤੈਨੂੰ ਫੋਨ ਕਰੂੰਗੀ ਫਿਰ। ਮੈਂ ਪੁੱਤ ਕਾਲੀ ਨਾ ਕਰੋ ਸਿੰਦਰੇ, ਕਾਲੀ ਨਾ ਕਰੋ, ਹੌਲੀ ਹੌਲੀ ਨਾਲੇ ਬੇਬੇ। ਹਾਂ ਦੇਖ ਭਾੜ ਕੇ ਕਰੀਦੇ ਆ, ਪਿਆਰ ਪਿਊਰ ਕਿਹਨੇ ਦੇਖਿਆ? ਹਾਂ ਦੇਖਿਆ, ਇਹ ਤਾਂ ਹੁਣ ਦੀਆਂ ਗੱਲਾਂ ਹੀ ਨੇ, ਬਾਅਦ ਚ ਸੌਦੇ ਪੱਤਿਆਂ ਚ ਪੈ ਜਾਂਦਾ ਨਾ ਬੰਦਾ, ਪੈ ਜਾਂਦਾ ਫਿਰ ਪਤਾ ਲੱਗਦਾ, ਫਿਰ ਕਬੀਲਦਾਰੀ ਚ ਪੈ ਕੇ ਫਿਰ ਪਤਾ ਲੱਗਦਾ ਕੋ ਹੈ। ਠੀਕ ਹੈ ਗੱਲਾਂ ਮਾਰਦੇ ਨੇ ਪਿਆਰਾਂ ਦੀਆਂ। ਨਾ 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 ਉੱਥੇ ਦੇਖਦੇ ਆਪਾਂ ਬਸ, ਉਹ ਮੁੰਡੇ ਦੀ ਹਜੇ ਨਹੀਂ ਹੋਈ ਪੱਕ ਠੱਕ, 15 ਕਿੱਲੇ ਸੁੱਖਣਾ ਜ਼ਮੀਨ ਆਉਂਦੀ ਆ, ਵਧੀਆ ਆਪਦੇ ਘਰੇ ਮੁਰਜਾ ਕਰੂ। ਨਿਚਾ ਲਿਆ ਹੁਣ ਕਚਾ ਨਹੀਂ ਫੜ ਲਿਆ ਤੈਨੂੰ। ਪੁੱਤ ਮੈਨੂੰ ਤਾਂ ਬਾਟੀ ਚ ਲਿਆ ਦਿੰਦੀ, ਮੈਂ ਕੱਪਾਂ ਜਾਂ ਚ ਨਹੀਂ ਕਦੇ ਪੀਤੀ। ਚੱਲ ਪੀ ਲਵੇ ਫਿਰ ਕੋਈ ਨਾ। ਠੀਕ ਚੱਲ ਯਾਰੇ ਘਾਸ ਤੇ ਲੈ ਆਏ ਜਦ ਪਹਿਲੀ ਨਾ ਸੁਰਤ ਹੋਵੇ। ਹੋ ਨਾਨੀ ਜੀ ਠੀਕ ਹੋਗੇ ਤੁਸੀਂ? ਹਾਂ ਠੀਕ ਹਾਂ ਵਧੀਆ। ਉਹ ਠੀਕ ਹੈ ਤੂੰ ਜਾ, ਠੀਕ ਹੈ ਰੋਟੀ ਪਾਣੀ ਦਾ ਬੰਦੋਬਸਤ ਕਰ ਲਾ। ਮੰਮੀ ਬੋਲਣ ਲੱਗੇ ਜਮਾਂ ਨਹੀਂ ਦੇਖਦੀ ਹੈਗੀ, ਕਿਹਦੇ ਸਾਹਮਣੇ ਗੱਲ ਕਰਨੀ ਹੈ ਕਿਹਦੇ ਸਾਹਮਣੇ ਨਹੀਂ ਕਰਨੀ, ਸਾਰਾ ਸਾਹਮਣੇ ਬੇਇੱਜ਼ਤੀ ਕਰਕੇ ਰੱਖ ਲੈਂਦੀ ਹੈ। ਪਰ ਨਾਨੀ
ਕਦੋਂ ਕਿਵੇਂ ਆ ਗਈ? ਕਿਤੇ ਮੰਮੀ ਨੇ ਬੁਲਾਇਆ ਤਾਂ ਨਹੀਂ? ਕੀ ਕੰਮ ਹੋ ਸਕਦਾ? ਕੋਲੇ ਵੀ ਨਹੀਂ ਖੜਨ ਦਿੰਦੀ ਹੈਗੀ, ਗੱਲ ਹੀ ਸੁਣ ਲਵਾਂ। ਮਨਿੰਦਰ ਵੀ ਨਹੀਂ ਦੀ ਕਿਤੇ। ਠੀਕ ਹੈ ਜੀਸ਼ੀ, ਤੂੰ ਠੀਕ ਦੇਖ ਕੇ ਕਿੱਥੇ ਰਹਿ ਗਈਆਂ ਸਾਨੂੰ? ਕਾਹਨੂੰ ਪੁੱਤ ਆਈ ਤਾਂ ਚਲ, ਮੈਨੂੰ ਤਾਂ ਖਿੱਚਦੀ ਚੜ੍ਹਦੀ ਹੈ ਇਹਨੂੰ ਦੇਖ ਕੇ, ਮੈਨੂੰ ਉਦੋਂ ਦੀ ਖਿੱਚ ਚੜੀ ਜਾਂਦੀ ਜਦੋਂ ਕਹਿੰਦੀ ਕਹਿੰਦੀ ਰੁੱਖੀਆਂ ਸੁੱਖੀਆਂ ਰੋਟੀਆਂ ਖਾ ਲੂਗੀ ਮਨਿੰਦਰ। ਸ਼ਰਮ ਨਹੀਂ ਆਉਂਦੀ ਇਹਨੂੰ ਬੋਲਦੀ ਨੂੰ, ਆਪ ਰਾਜ ਰਾਜਣ ਨੂੰ ਫਿਰਦੀ ਹੈ ਅਤੇ ਮੇਰੀ ਧੀ ਨੂੰ ਘਰੋਂ ਬੇਘਰ ਕਰਨ। ਕੀ ਲਵੇ ਬੇਚਾਰ,